रहीम असलामो अलैकुम। देख रहे हो तुसी अपना करनाला चैनल ते मैं तुहाडा मेज़बान आजी अरफाज। भरावां वास्ते रोजाना की नवी की नवी वीडियो लैके आवी दा इंशाल्लाह। उम्मीद करना कि वीडियो तुहाडे पसंद आउंदी है, तुसी लाइक भी करदे हो शेयर भी करदे हो। सब तो पहला अपने चैनल नूं करना सबसक्राइब ते बैल आइकन का बटन जरूर दबाना ताकि साडी नवी वीडियो जिहड़ी है तुहाडे तक आसानी पहुंच सके। वीडियो इस तरह जी बना लगा सिलसिलेवार वीडियो है। तारीख बढ़ती है मंगल अपना 19 वार मंगल। नवीन जट जिला गुजरांवाला तहसील गुजरांवाला पिंड चरण का किला बैक साइड से सेंसरा किराया सिलसिलेवार वीडियो तुम देखते हो। फिर सारे भरा मैं फिर दोहरा दिना जिला तहसील गुजरांवाला पिंड सेंसरा किराया जनाब भाई नवीन जट की वीडियो तुम देखते हो। फिर सिलसिलेवार तारीख बनती है 19 वार बनता है मंगल सिलसिलेवार वीडियो। उन्होंने मैं पूछ लगा किन्ने नगर जे रेट लाने आए ने किन्ने बिके ने या जेड़े भी जेड़े आए ने रेट आए ने जेड़ी भी गल है सामने लै आउंदे। अस्सलाम वालेकुम जी। वालेकुम सलाम। की हाल है जनाब? अल्लाह का शुक्र है साहब। ठीक हो? अल्लाह का शुक्र। ਕਿੰਨੇ ਡੰਗਰ ਵਿਕੇ ਜੇ ਪਿਛਲੀ ਵੀਡੀਓ? ਡੰਗਰ ਹੈ ਸਾਹਿਬ 3 ਮਹੀਂ ਵਿਕੀਆਂ ਹਜੇ ਜੀ। ਇੱਕ ਗਾਂ ਵੀ ਕੀ ਜੇ? ਠੀਕ ਹੈ। ਇੱਕ ਗਾਂ ਵਿਕੀ ਦੀ ਤੁਹਾਨੂੰ ਗੱਲ ਸੁਣਾਉਂਦਾ ਹਾਂ ਪਿਆ। ਉਹ ਬੰਦੇ ਸਿਰਫ ਬਿਆਨਾ ਟੋਰੇ ਆ ਤੇ ਜੁਮੇ ਦਾ ਬੰਦਾ ਰਾਬਤਾ ਕੋ ਨਹੀਂ ਕਰਦਾ ਪਿਆ। ਨਹੀਂ ਕਰਦਾ ਪਿਆ। ਹਾਂਜੀ। ਮੱਝਾਂ ਜਿਹੜੀਆਂ ਵਿਕੀਆਂ ਨੇ ਕਿੱਥੇ ਕਿੱਥੇ ਗਈਆਂ ਨੇ ਕੋਈ ਯਾਦ ਹੈ? ਦੋ ਰਹੀਆਂ ਰਹਾਂ ਗਈਆਂ ਹਜੇ ਤੇ ਇੱਕ ਮੱਝ ਪਿੰਡੀ ਗਈ ਹੈ। ਪਿੰਡੀ ਰਾਵਲ ਪਿੰਡੀ। ਇੱਕ ਮੈਂ ਜਿਹੜੀ ਚੌਥੀ ਉਹ ਵੀ ਵਿਕੀ ਸੀ ਤੇ ਉਹ ਮੈਂ ਦਾ ਨਾ ਬੋਧਨ ਦੇ ਰਾਤ ਨੂੰ ਬੱਚਾ ਮਰ ਗਿਆ ਉਹ ਮੈਂ ਰੋਟੀ ਸੀ। ਸਹੀ। ਹਾਂਜੀ। ਹੁਣ ਕਿੰਨੀਆਂ ਪਾਣੀਆਂ ਲਿਆ? 6 ਮਹੀਨੇ ਦੇ ਗਾਂ ਪਾਣੀ। जिला तहसील गुजरांवाला चरण का किला बैक साइड से सेंसरा किराया दूजा ने झोटी ਦੂਜਣ ਸੂਈ ਜੇ 5-6 ਦਿਨਾਂ ਦੀ ਏ। ਠੀਕ ਹੈ। ਭਲਾ ਛਾਣਾ ਪਈਆਂ ਉਹ ਮੜੀ ਚਾਹੀਏ। ਸਹੀ ਹੈ। ਦੁੱਧ ਦੇ ਕੋਲ ਹਾਈ ਸਾਹਿਬ ਜਾਣ ਇੱਕ ਥਣ ਦੇ ਕੇ 12 ਕਿਲੋ। ਦਾਰ ਇੱਕ ਇੱਕ ਥਣ ਛੱਡ ਕੇ 12 ਕਿਲੋ। 12 ਕਿਲੋ। ਸਹੀ ਹੈ। ਸੂਆ ਕੀ ਸੂਆ? ਬੱਚਾ ਬਾਜ ਰਹਿੰਦੇ ਦੂਸਰੇ ਜੀ। ਸੂਆ ਦੂਸਰਾ ਹੈ? ਹਾਂਜੀ। ਬੱਚਾ ਬਾਜ ਹੀ ਜੇ। ਬਾਜ ਹੀ ਕੋ ਨਹੀਂ ਹਲਦੀ? ਨਹੀਂ ਨਹੀਂ ਹਲਦੀ ਨਹੀਂ ਹੈ। ਤੇ ਮਿਲਦੇ ਫਿਰ ਕਿੱਕਣ ਹੋ? ਪਹਾੜੇ ਤੇ। ਮੋਲ ਸਾਹਿਬ ਪਿਛਲ ਲਿਓ ਮੱਝ। ਪਹਾੜਾ ਕਿਸ ਤਰ੍ਹਾਂ ਪਾਉਂਦੇ ਹੋ? ਚੋਖਰ ਪਾਲੇ ਦਾ ਹਿੱਸਾ ਵੱਡਾ ਪਾਲੋ ਜੋ ਮਰਜ਼ੀ ਪਾਲੋ। ਸੂਈ ਸੂਈ ਤੇ ਨਹੀਂ ਚੁਬੰਦੇ? ਨਹੀਂ 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 ਸੂਈ ਵਾਲਾ ਹਿੱਸਾ ਕੋਈ ਚੱਕਰ ਨਹੀਂ। ਬਿਸ਼ੱਕ ਆਪਣੇ ਕੋ ਤਸੱਲੀ ਕਰੇ। ਠੀਕ ਹੈ। ਹਾਂਜੀ। ਅੱਛਾ ਆ ਕੇ ਪੁੱਤਰ ਨੇ ਬੜਾ ਕਿੰਨਾ ਕੋ ਦੁੱਧ ਜੇ? ਦੁੱਧ ਹਿੱਸਾ ਵੀ ਇੱਕ ਥਣ ਬੱਚੇ ਨੂੰ ਦੇ ਕੇ 12 ਕਿਲੋ। 12 ਕਿਲੋ। ਹਾਂਜੀ। ਬੱਚਾ ਕੀ ਇਸ ਕੱਟਾ? ਕੱਟਾ ਹੈ ਸਰ। ਕੱਟਾ ਕੀ ਮੰਗਦੇ ਹੋ ਇਹਦਾ? ਇਹ ਹਿਸਾਬ ਦੇ ਦੇ ਅਗੇ 2.5 ਲੱਖ। 2 ਲੱਖ 50 ਹਜ਼ਾਰ। 2 ਲੱਖ ਤੇ 50 ਹਜ਼ਾਰ ਲਿਆ ਜੀ ਬੜਿਆ ਕੇ ਮਾਜ ਨੰਬਰ 3 ਪਰਮੈਸੀ ਵੀ ਕੋਈ ਆ ਜੇ ਪ੍ਰੋਗਰਾਮ ਹੈ ਹੈ ਸਰ ਪਰਮੈਸੀ ਲਿਆ ਜੀ ਮੁੜਿਆ ਇਹ ਹੈ ਸਰ ਦੂਜੇ ਸੁਬਹੇ ਦੇ ਜੀ ਮਗਰ ਬਕਰਾ ਬੱਚਾ ਕੱਟਾ ਕੱਟਾ ਜਾਈ ਸਰ ਮੇਰੇ ਕੋ ਸਹੀ ਹੈ ਹਾਂਜੀ ਮਗਰ ਕੱਟਾ ਸੁਬਹ ਦੂਜਾ ਅੱਗੇ ਵੰਡਾ ਪਾਈਏ ਤੇ ਫਿਰ ਬੱਚਾ ਲੈਂਦੀ ਜੇ ਉਂਝ ਨਹੀਂ ਲੈਂਦੀ ਆ ਉਧਰ ਗੱਡੀ ਜੇ ਮੈਂ ਸੁਈ ਹੈ ਤੇ ਬੱਚੇ ਦੂਰਾ ਪਰਾ ਕਰਦੇ ਅੱਗੇ ਵੰਡਾ ਪਾ ਕੇ ਬੱਚਾ ਛੱਡ ਦੇ ਤੇ ਫਿਰ ਫਿਰ ਨਹੀਂ ਹਲਦੀ ਫਿਰ ਨਹੀਂ ਹਲਦੀ ਤੇ ਦੁੱਧ ਕਿੰਨਾ ਕੁ ਜੋ ਲੈਂਦੇ ਆ ਜਾਈ ਸਰ ਮੇਰੇ ਘਰ ਬੱਚੇ ਦੇ ਕੇ 12 ਕਿਲੋ ਇੱਕ ਥਣ ਬੱਚੇ ਨੂੰ ਦੇ ਕੇ ਤੇ 12 ਕਿਲੋ ਇੱਕ ਥਣ ਸੁਈ ਵਿੱਚ 5-6 ਦਿਨ ਹੀ ਹੋਏ ਇੱਕ ਥਣ ਬੱਚੇ ਨੂੰ ਛੱਡ ਕੇ 12 ਕਿਲੋ 12 ਕਿਲੋ 5-6 ਦਿਨ ਹੋਏ ਨੇ ਸੁਈ ਅੱਛਾ ਕੀ ਮੰਗਦੇ ਹੋ ਇਹਦਾ ਇਹ ਹੈ ਸਰ ਦੇ ਦੇ 2,45,000 2,45,000 2,45,000 4 ਜੀ ਸੁਬਾ ਕੀ ਹੈ ਸੁਬਾ ਤੀਸਰਾ ਹਿੱਸਾ ਮੇਰਾ ਪੱਕਾ ਪੱਕਾ ਗਾਰੰਟੀ ਦਾ ਠੀਕ ਹੈ ਦੁੱਧ ਕਿੰਨਾ ਕੁ ਕਰਦੀ ਰਹੀ 20 ਪਲੱਸ ਦੁੱਧ ਦਾ ਹਿਸਾਬ ਜੇ ਅੱਲਾ ਖੈਰ ਹੈ ਕਿ 18 ਨੂੰ ਮੈਂ ਜ਼ਿਆਦਾ ਕਰੇਗੀ ਜੇ ਕੋ ਰੱਖ ਲਵੇ ਜੇ ਘਟ ਜਾਏਗੀ ਜੇ ਮੈਂ ਛੱਡ ਜਾਏਗੀ ਅੱਛਾ 18 ਕਰੇਗੀ 18 ਦੀ ਇਨਸ਼ਾਅੱਲਾ ਵੱਧ ਕਰੇਗੀ
ਸੁਬਾ ਤੀਸਰਾ ਸੁਬਾ ਤੀਸਰਾ ਦਿਹਾੜੇ ਕਿੰਨੇ ਤੋਂ ਰਿਆ ਗਏ ਤੂੰ ਇਹ ਭਾਈ ਸਾਹਿਬ 2 ਦਿਨ ਲੈ ਲਵੇ 4 ਦਿਨ ਲੈ ਲਵੇ ਇਹਨੇ ਲੈਣੇ ਹੁਣ ਤਿਆਰ ਇਹ ਦਿਹਾੜੇ ਨੇ ਹਾਂਜੀ ਇਹ ਦਿਹਾੜੇ 2 ਲੈ ਲੈ ਅੱਜ ਸੂਪ ਬਣਾ ਕੇ ਮੈਂ ਹੱਥ ਪੀਹਣ ਕਰ ਮੌਲ ਮੀਹਣ ਹਟਾ ਦੇ ਹਾਂ ਹਾਂ ਬਣਾ ਕੇ ਮੈਂ ਇਹਦੀ ਪੁੱਤਰ ਸ਼ਗਲ ਸੂਰਤ ਵਿਖਾ ਦੇ ਆਹ ਆਪਣੇ ਚਵਾ ਦੀ ਪਸਮਾ ਦੀ ਥੜਾਂ ਦੀ ਗਰੰਟੀ ਦਾਂਗੇ ਉਹ ਚੀਜ਼ਾਂ ਨਹੀਂ ਕੋਲ ਠੀਕ ਹੈ ਹਾਂਜੀ ਚਲੋ ਜੀ ਕੀ ਮੰਗਦੇ ਹੋ ਇਹਦਾ ਮੰਗਣ ਉਹਦੇ ਹੈ ਸਾਹਿਬ ਮੰਗਣ ਦੀ ਕਿਹੜੀ ਗੱਲ ਭਾਵੇਂ 3.5 ਮੰਗੀ ਦੀ ਉਹ ਮੈਂ ਜਾਇਜ਼ ਮੁਨਾਸਬ ਭਰਾਵਣ ਦੇਣੀ ਹੈ ਜਿਹਨੂੰ ਚੰਗੀ ਲੱਗੇਗੀ 2,85,000 2,85,000 2,85,000 ਲਿਆ ਜੀ ਮੁੜਿਆ ਮਾਇ ਨੰਬਰ ਅੱਗੇ 6 ਲਿਆ ਪੁੱਤਰ ਬੱਚਾ ਲੱਗੀ ਮੈਂ ਸਾਹਿਬ ਗਰੰਟੀ 5 ਕੇ 5 ਮਾਇ ਨੰਬਰ 5 ਲਿਆ ਲਿਆ ਪੁੱਤਰ ਮੈਂ ਦੇਖ ਲਈ ਬਣਾ ਕੇ ਵੀਡੀਓ ਤੁਸੀਂ ਭਰਾ ਵੇਖ ਲੈਣੀ ਇਨਸ਼ਾਅੱਲਾ ਮੈਂ ਸਾਰਿਆਂ ਭਰਾਵਾਂ ਦਾ ਸ਼ੁਕਰਗੁਜ਼ਾਰ ਹਾਂ ਜਿੱਥੇ ਜਿੱਥੇ ਵੀ ਭਰਾ ਵੀਡੀਓ ਵੇਖਦੇ ਹੋ ਲਾਈਕ ਵੀ ਕਰਦੇ ਹੋ ਕਮੈਂਟਸ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਅੱਲਾ ਪਾਕ ਤੁਹਾਨੂੰ ਆਪਣੇ ਹਿਫਜ਼ੋ ਇਮਾਨ ਵਿੱਚ ਰੱਖੇ ਅਤੇ ਮੁਲਕ ਪਾਕਿਸਤਾਨ ਅਤੇ ਪਾਕ ਆਰਮੀ ਦੀ ਸਲਾਮਤੀ ਦੀ ਦੁਆ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਸਿਹਤ ਦੇ ਜੇ ਇਨਸ਼ਾਅੱਲਾ ਅਗਲੀ ਪੀੜ੍ਹੀ ਦੇ ਨਾਲ ਫਿਰ ਮੁਲਾਕਾਤ ਕਰਦੇ ਹਾਂ ਆਓ ਜੀ ਆਪਣਾ ਜੱਟ ਸਾਹਿਬ ਆਓ ਅੱਲਾ ਪਾਕ ਖੈਰ ਕਰੇ ਗੱਲਾਂ ਖੈਰ ਦੀਆਂ ਨੇ ਹਾਂਜੀ ਜੱਟ ਸਾਹਿਬ ਬਿਲਕੁਲ ਅਤੇ ਜਿਹੜੀ ਉਹ ਗਾਂ ਜਿਹੜੀ ਵਿਕੀ ਜੇ ਕਿੰਨੇ ਦੀ ਵਿਕੀ ਜੇ ਉਹ ਗਾਂ ਹਿਸਾਬ ਵਿਕੀ 3,85,000 ਦੀ 3,85,000 ਹਾਂਜੀ ਠੀਕ ਹੈ
ਕਿੱਥੇ ਉਹ ਆਪਣੇ ਪਿੰਡ ਹੀ ਗਈ ਆਪਣੇ ਪਿੰਡ ਦੇ ਮੁੰਡਾ ਬਸਕਰ ਹੁੰਦਾ ਉਹਨੇ ਕਿਤੇ ਲੈ ਕੇ ਲੋ ਖੈਰ ਹੋਵੇ ਲੋ ਜੀ ਅੱਲਾਹ ਖੈਰ ਕਰੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਮੁਲਾਕਾਤ ਕਰਨੇ ਆ ਅੱਲਾਹ ਸੋਹਣੇ ਦੇ ਹਵਾਲੇ ਰੱਬ ਰੱਖਾ ਪਾਕਿਸਤਾਨ ਜ਼ਿੰਦਾਬਾਦ।